ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਹਾਂਜੀ ਅੱਜ ਅਸੀਂ ਤੁਹਾਨੂੰ ਨੰਬਰਦਾਰੀ ਵਾਲੀ ਪਾਰਟ 3 ਵੀਡੀਓ ਲੈ ਕੇ ਆਏ ਹਾਂ ਇਸ ਤੋਂ ਪਹਿਲਾਂ ਵੀ ਅਸੀਂ ਨੰਬਰਦਾਰੀ ਵਾਲੀਆਂ ਦੋ ਵੀਡੀਓਜ਼ ਅਪਲੋਡ ਕਰੀਆਂ ਹੋਈਆਂ ਸਾਡੇ ਚੈਨਲ ਤੇ ਜਿਹੜੀਆਂ ਤੁਸੀਂ ਜਾਂ ਤਾਂ ਪਲੇਲਿਸਟ ਵਿੱਚ ਨੰਬਰਦਾਰ ਨਾਂ ਦੀ ਪਲੇਲਿਸਟ ਬਣੀ ਉਹ ਚ ਜਾ ਕੇ ਦੇਖ ਸਕਦੇ ਹੋ ਜਾਂ ਫਿਰ ਤੁਸੀਂ ਇੱਥੇ ਉੱਪਰ ਆਈ ਬਟਨ ਹੈ ਉਹ ਤੇ ਕਲਿੱਕ ਕਰਕੇ ਨੰਬਰਦਾਰੀ ਪਾਟ 12 ਨੰਬਰਦਾਰੀ ਪਾਟ 2 ਨੰਬਰਦਾਰੀ ਬਾਰੇ ਸਾਰਾ ਕੁਝ ਭਾਗ ਪਹਿਲਾ ਨੰਬਰਦਾਰੀ ਬਾਰੇ ਸਾਰਾ ਕੁਝ ਭਾਗ ਦੂਜਾ ਅੱਜ ਦੀ ਵੀਡੀਓ ਜਿਹੜੀ ਉਹ ਆ ਭਾਗ ਤੀਜਾ ਉਹਦੇ ਵਿੱਚ ਆ ਮੁੱਖ ਸਵਾਲ ਆ ਜੋ ਤੁਹਾਨੂੰ ਸਾਹਮਣੇ ਦੇ ਇਹ ਚਾਹ ਮੁੱਖ ਸਵਾਲ ਨੇ ਪਹਿਲਾ ਤਾਂ ਕੀ ਵੀ ਬਿਨਾ ਜ਼ਮੀਨ ਵਾਲਾ ਜਿਹੜਾ ਉਹ ਨੰਬਰਦਾਰ ਬਣ ਸਕਦਾ ਜਾਂ ਨਹੀਂ ਜੇ ਹਾਂ ਤਾਂ ਵੀ ਕਿੰਨੀ ਜ਼ਮੀਨ ਵਾਲਾ ਜਿਹੜਾ ਵਿਅਕਤੀ ਨੰਬਰਦਾਰ ਬਣ ਸਕਦਾ ਕਿੱਥੇ ਨੰਬਰਦਾਰੀ ਲਈ ਅਪਲਾਈ ਹੁੰਦਾ ਕਦੋਂ ਇਹ ਹੁੰਦਾ ਹੈ ਕਿਵੇਂ ਇਹ ਬੰਦਾ ਕਰ ਸਕਦਾ ਕਿੰਨੀ ਉਮਰ ਚਾਹੀਦੀ ਹੈ ਨੰਬਰਦਾਰੀ ਲਈ ਤੇ ਕੀ ਐਸ்சி ਵੀ ਸੀ ਹੈ ਜਿਹੜੇ ਜਾਂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਨੇ ਉਹ ਨੰਬਰਦਾਰ ਬਣ ਸਕਦੇ ਹਨ ਜਾਂ ਨਹੀਂ ਇਹ ਸਾਰੇ ਸਵਾਲਾਂ ਦੇ ਜਵਾਬ ਅਸੀਂ ਅੱਜ ਤੁਹਾਨੂੰ ਦੇਵਾਂਗੇ ਇਸ ਵੀਡੀਓ ਚ ਪਹਿਲਾਂ ਤਾਂ ਕਿੰਨੀ ਜ਼ਮੀਨ ਵਾਲਾ ਜਿਹੜਾ ਨੰਬਰਦਾਰ ਬਣ ਸਕਦਾ ਪਹਿਲੀ ਗੱਲ ਜੋ ਜੱਟ ਨੇ ਜੱਟ ਸਿੱਖ ਨੇ ਜ਼ਮੀਦਾਰ ਨੇ ਜਰਨਲ categories ਦੇ ਨੇ ਉਹਨਾਂ ਕੋਲੇ ਜੇ ਜ਼ਮੀਨ ਨਹੀਂ ਤਾਂ ਉਹ ਨੰਬਰਦਾਰ ਬਣ ਨਹੀਂ ਸਕਦੇ ਜੇਕਰ ਜ਼ਮੀਨ ਆ ਜ਼ਮੀਦਾਰ ਕੋਲੇ ਤਾਂ ਉਹ ਨੰਬਰਦਾਰ ਬਣ ਸਕਦਾ ਜੇਕਰ ਨਹੀਂ ਤਾਂ ਉਹ ਨਹੀਂ ਬਣ ਸਕਦਾ ਤੇ ਜੇ ਇਹ ਜਿਵੇਂ ਜਿਵੇਂ ਪਹਿਲਾਂ ਜੋ ਹਿਸਟਰੀ ਉਸ ਹਿਸਾਬ ਨਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜਾਟਾ ਜਿਹੜਾ ਬਿਨਾਂ ਜ਼ਮੀਨ ਤੋਂ ਨਹੀਂ ਬਣ ਸਕਦਾ ਤੇ ਐਸਸੀ ਵੀਸੀ ਜਾਂ ਕੋਈ ਅਨੁਸੂਚਿਤ ਜਾਤੀ ਵਾਲਾ ਜਿਹੜਾ ਹੁਣ ਇਹਦਾ ਗੱਲ ਹੀ ਖਤਮ ਹੋ ਗਈ ਕਿ ਕਿੰਨੀ ਜ਼ਮੀਨ ਵਾਲਾ ਨੰਬਰਦਾਰ ਬਣ ਸਕਦਾ ਜਾਂ ਕਿੰਨੇ ਜੇਕਰ ਉਹਦੇ ਕੋਲ ਜ਼ਮੀਨ ਹੈ ਤੇ ਉਹ ਜ਼ਿਮੀਦਾਰਾ ਤਾਂ ਨੰਬਰਦਾਰ ਬਣ ਸਕਦਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਐਸਸੀਬੀਸੀ ਕੀ ਐਸਸੀਬੀਸੀ ਨੰਬਰਦਾਰ ਬਣ ਸਕਦੇ ਹਨ ਤਾਂ ਇਹਦਾ ਸਿੱਧਾ ਇਹ ਸਵਾਲ ਆ ਵੀ ਹਾਂ ਇਹ ਬਣ ਸਕਦੇ ਆ ਬਿਨਾ ਬਿਨਾ ਜ਼ਮੀਨ ਤੋਂ ਜੇਕਰ ਐਸਸੀਬੀਸੀ ਇਹ ਬੰਦਾ ਉਹ ਬਣ ਸਕਦਾ ਜ਼ਮੀਨ ਵਾਲਾ ਜ਼ਿਮੀਦਾਰ ਬਣ ਸਕਦਾ ਤਾਂ ਐਸਸੀਬੀਸੀ ਬਹੁਤ ਪਿੰਡਾਂ 'ਚ ਨੰਬਰਦਾਰ ਹੈਗੇ ਵੀ ਨੇ ਤੇ ਉਹ ਬਣ ਸਕਦੇ ਨੇ ਤੇ ਪਰ ਇਹਦੇ ਲਈ ਇੱਕ ਸ਼ਰਤੋਂ ਕਾਨੂੰਨ ਦੇ ਹਿਸਾਬ ਨਾਲ ਇਹ ਆ ਕਿ 100 ਪਰਿਵਾਰ ਹੁਣ ਘੱਟੋ-ਘੱਟ ਪਿੰਡ 'ਚ ਨੂੰ ਸੂਚਿਤ ਜਾਤੀ ਦੇ ਕਾ ਉਹ ਵਿਅਕਤੀ ਨੰਬਰਦਾਰ ਬਣ ਸਕਦਾ ਬਾਕੀ ਜ਼ਿਆਦਾਤਰ ਨੰਬਰਦਾਰੀ ਆਸਾਨੀ ਨਾਲ ਜਿਹੜਾ ਜੱਦੀ ਨੰਬਰਦਾਰੀ ਉਹ ਜ਼ਿਆਦਾ ਰਹਿੰਦੀ ਹੈ ਜਿਵੇਂ ਕਿ ਉਹਦਾ ਕੋਈ ਕਿਸੇ ਬੰਦੇ ਦਾ ਪਿਓ ਨੰਬਰਦਾਰ ਹੁੰਦਾ ਤਾਂ ਉਹਦਾ ਗਾਂਹ ਵੱਡਾ ਮੁੰਡਾ ਵੀ ਨੰਬਰਦਾਰ ਦੀ ਪੈਲ ਦੇ ਆਧਾਰ ਤੇ ਉਹਨੂੰ ਮਿਲ ਜਾਂਦੀ ਹੈ ਆਸਾਨੀ ਨਾਲ ਨੰਬਰਦਾਰੀ ਤੇ ਅਗਲਾ ਹੁਣ ਆਪਣਾ ਸਵਾਲ ਹੈ ਕਿ ਕਿੰਨੀ ਉਮਰ ਚਾਹੀਦੀ ਹੈ ਨੰਬਰਦਾਰੀ ਲਈ ਨੰਬਰਦਾਰੀ ਲਈ ਵੈਸੇ ਤਾਂ ਕੋਈ ਕਾਨੂੰਨ ਨਹੀਂ ਕਿੰਨੀ ਵੀ ਉਮਰ ਬੰਦੇ ਦੀ ਹੋਵੇ ਕੋਈ ਇਹਦੇ ਵਾਸਤੇ ਕਾਨੂੰਨ ਨਹੀਂ ਨੰਬਰਦਾਰੀ ਲਈ ਕੋਈ ਉਮਰ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ ਪਰ ਜਿਵੇਂ ਆਪਾਂ ਦੇਖਦੇ ਆਂ ਵੀ ਬੋਟ ਲਈ ਤੇ ਹੋਰ ਕਈ ਕੰਮਾਂ ਲਈ 18 ਸਾਲ ਜ਼ਰੂਰੀ ਹੈ ਤਾਂ 18 ਸਾਲ ਤੋਂ ਉੱਪਰ ਦਾ ਵਿਅਕਤੀ ਇਹਦੇ ਲਈ ਅਪਲਾਈ ਕਰ ਸਕਦਾ ਨੰਬਰਦਾਰੀ ਲਈ ਹੁਣ ਇਹ ਇੱਕ ਸਵਾਲ ਰਹਿ ਗਿਆ ਕਿ ਕਿੱਥੇ ਅਪਲਾਈ ਹੁੰਦਾ ਨੰਬਰਦਾਰੀ ਲਈ ਕੌਣ ਅਪਲਾਈ ਕਰ ਸਕਦਾ ਕਦੋਂ ਕਰ ਸਕਦਾ ਪਹਿਲੀ ਗੱਲ ਤਾਂ ਕਿ ਨੰਬਰਦਾਰੀ ਜਿਹੜੀ ਜੇ ਅਪਲਾਈ ਹੁੰਦੀ ਹੈ ਉਹ ਜਦੋਂ ਕਿਸੇ ਨੰਬਰਦਾਰ ਦੀ ਮੌਤ ਹੁੰਦੀ ਹੈ ਤਾਂ ਉਦੋਂ ਬੰਦਾ ਅਪਲਾਈ ਕਰ ਸਕਦਾ ਹੈਗਾ ਇਹ ਕਿੱਥੇ ਹੁੰਦੀ ਹੈ ਇਹ ਸਭ ਤੋਂ ਪਹਿਲਾਂ ਅਪਲਾਈ ਹੁੰਦਾ ਨਾਇਬ ਤਹਿਸੀਲਦਾਰ ਕੋਲ ਉੱਥੋਂ ਹੀ ਕੇਸ ਚੱਲਦਾ ਨਾਇਬ ਤਹਿਸੀਲਦਾਰ ਕੋਲੇ ਫਿਰ ਇਹ ਜਾਂਦੀ ਹੈ ਫਾਈਲ ਤਹਿਸੀਲਦਾਰ ਕੋਲੇ ਉਸ ਤੋਂ ਬਾਅਦ ਐਸ ਡੀ ਐਮ ਕੋਲੇ ਫਿਰ ਲਾਸਟ ਤੇ ਡੀ ਸੀ ਕੋਲੇ ਉਹ ਫੈਸਲਾ ਦਿੰਦਾ ਹੈਗਾ ਕਿ ਇਹ ਨੰਬਰਦਾਰ ਹੋ ਗਿਆ ਅਸੀਂ ਕਿਸੇ ਬੰਦੇ ਨੂੰ ਪੁੱਛਿਆ ਕਿ ਨੰਬਰਦਾਰੀ ਲਈ ਕੋਈ ਕੇਸ ਪੁਰਾਣਾ ਤੁਹਾਡੇ ਯਾਦ ਹੋਵੇ ਜਾਂ ਵੀ ਨੰਬਰਦਾਰੀ ਆਸਾਨੀ ਨਾਲ ਮਿਲੀ ਹੋਵੇ ਕਿਸੇ ਨੂੰ ਤਾਂ ਉਹਨਾਂ ਨੇ ਦੱਸਿਆ ਕਿ 5-6 ਸਾਲ ਵੀ ਲੱਗ ਜਾਂਦੇ ਆ ਇਹ ਕੰਮਾਂ 'ਚ ਤੇ ਜੇਕਰ ਡੀਸੀ ਕੋਲ ਵੀ ਫੈਸਲਾ ਨਾ ਹੋਵੇ ਤਾਂ ਕਮਿਸ਼ਨਰ ਕੋਲ ਫੈਸਲਾ ਇਹ ਹੁੰਦਾ ਹੈਗਾ ਤਾਂ ਇਹ ਉਹਨਾਂ ਨੇ ਦੱਸਿਆ ਤੇ ਇਥੋਂ ਜਿਹੜੀ ਨੰਬਰਦਾਰੀ ਆਸਾਨੀ ਨਾਲ ਉਹ ਮੁੰਡੇ ਨੂੰ ਨੰਬਰਦਾਰ ਦੇ ਨੂੰ ਆਸਾਨੀ ਨਾਲ ਮਿਲ ਜਾਂਦੀ ਹੈ ਤੇ ਪਰ ਹੋਰ ਵਿਅਕਤੀ ਨੂੰ ਘੱਟ ਮਿਲਦੀ ਹੈ ਬਾਕੀ ਜੇਕਰ ਕੋਈ ਬੰਦਾ ਸਰਕਾਰੀ ਅਹੁਦੇ ਤੇ ਲੱਗਿਆ ਉਹ ਵੀ ਨੰਬਰਦਾਰ ਆ ਜਿਹੜਾ बन ਸਕਦਾ ਹੈ ਉਹ ਵੀ ਅਪਲਾਈ ਕਰ ਸਕਦਾ ਹੈ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਜੇ ਕੋਈ ਜਿਵੇਂ ਰਟਾਇਰਡ ਅਫਸਰ ਉਹਨੂੰ ਪੈਲ ਦੇ ਆਧਾਰ ਤੇ ਨੰਬਰਦਾਰੀ ਜਲਦੀ ਮਿਲ ਜਾਂਦੀ ਹੈ ਬਹੁਤ ਸਾਰੇ ਪਿੰਡ ਹੈ ਜਿੱਥੇ ਨੰਬਰਦਾਰ ਹੈ ਹੀ ਨਹੀਂਗੇ ਤਾਂ ਉਹ ਵੀ ਕਈ ਬਰ ਮੁਸ਼ਕਲ ਹੁੰਦੀ ਹੈ ਤਾਂ ਇਹ ਹੈ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਕਿ ਕਿੰਨੀ ਜ਼ਮੀਨ ਵਾਲਾ ਨੰਬਰਦਾਰ ਬਣ ਸਕਦਾ ਕਿੱਥੇ ਅਪਲਾਈ ਹੁੰਦਾ ਕਿੰਨੀ ਉਮਰ ਚਾਹੀਦੀ ਹੈ ਕਿ ਐਸੀਬੀਸੀ ਨੰਬਰ ਐਸੀਬੀਸੀ ਨੰਬਰਦਾਰ ਬਣ ਸਕਦੇ ਹਨ ਇਹ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਮਿਲਗੇ ਹੋਣਗੇ ਇਸ ਵੀਡੀਓ ਚ ਜੇਕਰ ਤੁਹਾਡਾ ਕੋਈ ਹੋਰ ਵੀ ਸਵਾਲ ਆ ਤੁਸੀਂ ਕਮੈਂਟ ਕਰਕੇ ਦੱਸ ਦਿਓ ਤਨਖਾਹ ਨੰਬਰਦਾਰ ਦੀ ਜਿਹੜੀ 1500 ਰੁਪਏ ਮਾਨ ਪੱਤੇ ਤੌਰ ਤੇ ਸਰਕਾਰ ਦਵਾਲਾ ਦਿੱਤੀ ਜਾਂਦੀ ਹੈ ਜਿਹੜੀ ਕਿ ਪਿੱਛੇ ਮੰਗ ਕਰ ਰਹੇ ਸੀ ਕਿ 2500 ਕੀਤੀ ਜਾਵੇ ਤਨਖਾਹ ਮੈਨੀਫੈਸਟੋ ਵਿੱਚ ਵੀ ਸ਼ਾਇਦ ਕਾਂਗਰਸ ਦੀ ਜਿਹੜੀ ਪੰਜਾਬ ਸਰਕਾਰ ਉਹਨੇ ਵਾਅਦਾ ਕੀਤਾ ਸੀ ਵਾਅਦਾ ਕੀਤਾ ਸੀ ਕਿ ਅਸੀਂ 2500 ਰੁਪਏ ਤਨਖਾਹ ਇਹਨਾਂ ਦੀ ਕਰਾਂਗੇ ਨੰਬਰਦਾਰਾਂ ਦੀ ਤਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰੋ ਕੋਈ ਤੁਹਾਡਾ ਸਵਾਲ ਆ ਸੁਝਾਅ ਉਹਨੂੰ ਤੁਸੀਂ ਕਮੈਂਟ ਕਰ ਸਕਦੇ ਹੋ ਕੋਈ ਪਰਸਨਲ ਮੈਸੇਜ ਆ ਸਾਨੂੰ ਫੇਸਬੁੱਕ ਪੇਜ ਤੇ ਭੇਜ ਸਕਦੇ ਹੋ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਸਾਡੇ ਚੈਨਲ ਤੇ ਪਲੇਲਿਸਟ ਚ ਪੰਗਾ ਨੇ ਉੱਥੇ ਜਾ ਕੇ ਤੁਸੀਂ ਉਹ ਦੇਖ ਸਕਦੇ ਹੋ ਨੰਬਰਦਾਰੀ ਵਾਲੀ ਪਹਿਲੀ ਤੇ ਦੂਜੀ ਵੀਡੀਓ ਦੇਖਣ ਲਈ ਆਈ ਬਟਨ ਤੇ ਕਲਿੱਕ ਕਰੋ ਤੇ ਜੇਕਰ ਨਵੇਂ ਹੋ ਸਾਡੇ ਚੈਨਲ ਤੇ ਤਾਂ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਜ਼ਰੂਰ ਦਬੋ ਵੀਡੀਓ ਪੂਰੀ ਦੇਖਣ ਲਈ ਬਹੁਤ ਬਹੁਤ ਧੰਨਵਾਦ